ਮੈਂ ਕਹਿੰਦਾ ਹੁੰਦਾ ਵੀ ਯਾਰ ਅੱਖੋਂ ਪਰੇ ਜੱਗ ਮਰੇ, ਜਦੋਂ ਜਵਾਕ ਵੇਚਣਗੇ ਵੇਖੀ ਜਾਊ, ਤੁਸੀਂ ਆਪੇ ਹੀ ਕਿਉਂ ਆਪਦੇ ਪਿਓ ਦਾਦੇ ਦਾ ਨਾਂ ਢਾਈ ਜਾਂਦੇ ਹੋ ਇੱਥੋਂ? ਮੇਰਾ ਮਕਸਦ ਇਹ ਹੈ, ਇਸ ਗੱਲ ਨੂੰ ਲੈ ਕੇ ਮੈਂ ਪਿਛਲੇ ਸਾਲ ਤੋਂ ਰੌਲਾ ਪਾਉਣਾ, 2 ਸਾਲਾਂ ਤੋਂ ਸ਼ੁਰੂ ਕੀਤਾ ਹੋਇਆ, ਅਤੇ ਪਹਿਲੇ ਸਾਲ ਤਾਂ ਮੈਨੂੰ ਬਹੁਤ ਇਸ ਲਈ ਗਾਲ ਉੱਪਰ ਵੀ ਝੱਲਣੀ ਪਈ ਜਦੋਂ ਮੈਂ ਮੁੱਢ ਮੁੱਢ 'ਚ ਬੋਲਣਾ ਸ਼ੁਰੂ ਕੀਤਾ ਪੈਲੀਆਂ ਨੂੰ ਲੈ ਕੇ ਵੀ ਤੁਸੀਂ ਪੱਕੇ ਬਾਹਰ ਕਿਉਂ ਜਾਂਦੇ ਹੋ, ਕਿਉਂਕਿ ਪਹਿਲੀ ਸੱਟੀ ਲੋਕਾਂ ਨੇ ਇਹ ਗੱਲ ਸਮਝੀ ਨਾ ਵੀ ਇਹ ਕਹਿੰਦਾ ਬਾਹਰ ਨਾ ਜਾਓ, ਹੈ ਨਾ, ਅਤੇ ਇਹ ਗੱਲ ਮੈਂ ਵੀ ਸਮਝਦਾ, ਕਈਆਂ ਦੇ ਇੱਥੇ ਹਾਲਾਤ ਠੀਕ ਨਹੀਂ ਹੈ, ਛੋਟਾ ਜ਼ਿਮੀਂਦਾਰ ਬਹੁਤ ਤੰਗ ਹੈ, ਇੱਥੇ ਵੀ ਸਮੱਸਿਆਵਾਂ ਬਹੁਤ ਨੇ। ਪਹਿਲਾਂ ਤਾਂ ਮੈਂ ਇਹਨੂੰ ਵਰੀ ਨਹੀਂ ਕਰਦਾ ਇਹਨੂੰ ਵੀ ਇਹ ਠੀਕ ਆ ਸਾਰਾ ਕੁਛ, ਜਾਓ ਹੀ ਨਾ ਇੱਥੇ ਬਹੁਤ ਨਹੀਂ, ਇੱਥੇ ਵੀ ਸਮੱਸਿਆਵਾਂ ਨੇ ਜਿਹੜੇ ਪਰਿਵਾਰਾਂ ਨੂੰ ਹੰਢਾਉਣੀਆਂ ਪੈਂਦੀਆਂ ਨੇ, ਉਹ ਜਾਣਦੇ ਨੇ। ਪਰ ਮੈਂ ਗੱਲ ਇਹ ਕਰਦਾ ਵੀ ਜਦੋਂ ਇੱਥੇ ਠੀਕ ਠਾਕ ਪਰਿਵਾਰ ਹੈ, ਕੋਈ ਗੁਜ਼ਾਰਾ ਖੇਤੀ ਕਰਕੇ ਹੋ ਸਕਦਾ ਉਹ ਵੀ ਜਾਂਦਾ, ਤਾਂ ਉਹ ਇਹ ਜ਼ਰੂਰ ਦੱਸ ਦੇਵੇ ਵੀ ਕੀ ਉੱਥੇ ਸਮੱਸਿਆਵਾਂ ਹੈ ਨਹੀਂ। ਨਸ਼ੇ ਦੀ ਗੱਲ ਬਹੁਤ ਹੁੰਦੀ ਹੈ, ਨਸ਼ਾ ਬਹੁਤ ਹੈ, ਮੈਂ ਮੰਨਦਾ ਇੱਥੇ ਨਸ਼ਾ ਹੈ, ਅਤੇ ਮਾੜੀ ਗੱਲ ਹੈ, ਮੁੱਕਣਾ ਚਾਹੀਦਾ। ਹਾਂ, ਕਿਉਂਕਿ ਸਾਡੀ ਸੱਭਿਆਚਾਰਤਾ 'ਚ ਨਸ਼ਾ ਨਹੀਂ ਹੈ, ਸਾਡੇ ਲਈ ਤਾਂ ਜੇ ਥੋੜ੍ਹਾ ਵੀ ਆਇਆ ਉਹ ਬਹੁਤ ਹੀ ਵਰਗਾ ਅਤੇ ਬਹੁਤ ਮਾੜਾ ਹੈ। ਬਿਲਕੁਲ, ਪਰ ਗੱਲ ਇਹ ਹੈ ਵੀ ਇੱਥੇ ਹਜੇ ਵੀ ਕਿਸੇ ਸ਼ਹਿਰ ਬਾਜ਼ਾਰ 'ਚ 2-2, 4-4 ਸੌ ਬੰਦਾ ਸੜਕ 'ਤੇ ਡਿੱਗਿਆ ਨਹੀਂ ਪਿਆ ਨਸ਼ਾ ਕਰਕੇ। ਹਾਂ, ਅਤੇ ਬਾਹਰਲੇ ਮੁਲਕਾਂ ਦੇ ਸਾਰੇ ਡਾਊਨ ਟਾਊਨ ਭਰੇ ਪਏ ਨੇ, ਸਮੱਸਿਆਵਾਂ ਹਰੇਕ ਥਾਂ ਨੇ, ਲੋਕ ਚੰਗੇ ਮਾੜੇ ਹਰੇਕ ਥਾਂ ਨੇ। ਬਿਲਕੁਲ, ਪਰ ਐਂ ਬਦਾਵਾ ਨਾ ਦਈਏ ਅਸੀਂ।